ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਾਡੇ ਮੁੱਦਾ ਯੂਐਸਏ ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਹੈ ਅੱਜ ਜਿਹੜਾ ਅਸੀਂ ਵਿਸ਼ਾ ਲੈ ਕੇ ਆਏ ਆਂ ਪੰਜਾਬੀ 뮤직 ਇੰਡਸਟਰੀ ਨਾਲ ਜੁੜਿਆ ਹੋਇਆ ਹੈ ਕਿਉਂਕਿ ਪੰਜਾਬੀ 뮤직 ਇੰਡਸਟਰੀ ਕਈ ਦਹਾਕਿਆਂ ਤੋਂ ਔਰ ਜੇ ਕਹੀਏ ਹਰ ਦਹਾਕੇ ਦੇ ਵਿੱਚ ਹਰ ਸਾਲ ਬਦਲ ਸਾਲ ਆਪਣਾ ਰੂਪ ਚੇਂਜ ਕਰ ਰਹੀ ਹੈ ਫੋਕ ਗੀਤਾਂ ਤੋਂ ਲੈ ਕੇ ਲੋਕ ਗੀਤਾਂ ਤੋਂ ਲੈ ਕੇ ਰੈਪ ਤੱਕ ਇਹ ਇੰਡਸਟਰੀ ਦੇ ਵਿੱਚ ਲਗਾਤਾਰ ਬਦਲਾਅ ਆ ਰਹੇ ਨੇ ਅੱਜ ਇਸ ਬਾਰੇ ਗੱਲਬਾਤ ਕਰਨ ਲਈ ਸਾਡੇ ਨਾਲ ਮੌਜੂਦ ਨੇ 골ਡਨ ਸਟਾਰ ਮਲਕੀਤ ਸਿੰਘ ਇਹਨਾਂ ਦੀ ਕੋਈ ਜਾਣਕਾਰੀ ਇਹਨਾਂ ਬਾਰੇ ਜਾਂ ਇਹਨਾਂ ਬਾਰੇ ਦੱਸਣਾ ਮੇਰੇ ਲਈ ਵੀ ਬੜਾ ਔਖਾ ਹੋਏਗਾ ਕਿਉਂਕਿ ਕੱਲਾ ਕੱਲਾ ਬੱਚਾ ਬੱਚਾ ਇਹਨਾਂ ਨੂੰ ਜਾਣਦਾ ਤੂ ਤਕ ਤੂ ਤਕ ਗਾਣਿਆਂ ਤੋਂ ਮਸ਼ਹੂਰ ਹੋ ਕੇ ਅੱਜ ਜਿਹੜੀ ਅਕਾਲੀ ਐਨਕ ਲੈ ਕੇ ਜਿਹੜੇ ਸਾਡੇ ਸਾਹਮਣੇ ਆਏ ਨੇ ਇਹਨਾਂ ਨਾਲ ਗੱਲਬਾਤ ਕਰਾਂਗੇ ਕਿ ਪੰਜਾਬੀ 뮤직 ਇੰਡਸਟਰੀ ਚ ਕਿਸ ਤਰ੍ਹਾਂ ਦੇ ਬਦਲਾਅ ਤੁਸੀਂ ਇਹਨਾਂ ਨੇ ਦੇਖਣ ਨੂੰ ਮਿਲੇ ਕਿਉਂਕਿ ਇਹਨਾਂ ਨੂੰ 35 ਸਾਲ ਤੋਂ ਉੱਪਰ ਦਾ ਜਿਹੜਾ ਵਕਫਾ ਹੋ ਗਿਆ ਇਸ ਇੰਡਸਟਰੀ ਦੇ ਵਿੱਚ ਔਰ ਸਭ ਤੋਂ ਵੱਡੀ ਗੱਲ ਹੈ ਕਿ ਇਸ ਇੰਡਸਟਰੀ ਦੇ ਵਿੱਚ ਆਪਣੇ ਮੁਕਾਮ ਨੂੰ ਕਾਇਮ ਰੱਖਣਾ ਬਣਾ ਕੇ ਰੱਖਣਾ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਮਲਕੀਤ ਜੀ ਤੁਹਾਡਾ ਸਵਾਗਤ ਹੈ ਸਾਡੇ ਇਸ ਵਿਸ਼ੇਸ਼ ਪ੍ਰੋਗਰਾਮ ਵਿੱਚ ਔਰ ਅੱਜ ਅਸੀਂ ਜਿਹੜੀ ਗੱਲ ਕਰਨੀ ਆ ਤੁਹਾਡੀ ਇੰਡਸਟਰੀ ਨਾਲ ਜੁੜੀ ਹੋਈ ਮੁੱਦੇ ਤੇ ਗੱਲ ਕਰਾਂਗੇ ਥੈਂਕ ਯੂ ਜੀ ਸੰਦੀਪ ਜੀ ਔਰ ਪੀਟੀਸੀ ਦੇਖਣ ਵਾਲੇ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਪਿਆਰ ਭਰੀ ਸਤਿ ਸ਼ਕਰ ਮਲਕੀਤ ਜੀ ਜਿਹੜੀ ਤੁਸੀਂ ਇੰਡਸਟਰੀ ਆ 35 ਸਾਲ ਤੋਂ ਉੱਪਰ ਦਾ ਤੁਹਾਨੂੰ ਟਾਈਮ ਹੋ ਗਿਆ ਹਾਂਜੀ ਪਹਿਲਾਂ ਤਾਂ ਇਹ ਦੱਸੋ ਵੀ ਉਦੋਂ ਜੋ ਤੁਸੀਂ ਸ਼ੁਰੂਆਤ ਕੀਤੀ ਸੀ ਹਾਂਜੀ ਤੇ ਅੱਜ ਦੇ ਵਿੱਚ ਹਾਂਜੀ ਕਿੰਦਾਂ ਦੇ ਬਦਲਾਅ ਤੁਸੀਂ ਦੇਖੇ ਨੇ ਮਿਊਜ਼ਿਕ ਦੇਖੋ ਸਦੀਪ ਜੀ ਜਿਹੜਾ ਮਿਊਜ਼ਿਕ ਹੈ ਉਹ ਨਾ ਉਹ ਆਲਵੇਜ਼ ਚੇਂਜ ਹੁੰਦਾ ਰਹਿੰਦਾ ਅਸੀਂ ਹੁਣ ਜਿਵੇਂ ਤੁਸੀਂ ਪਹਿਲਾਂ ਹੀ ਇੰਟਰੋਡਕਸ਼ਨ 'ਚ ਇਹ ਗੱਲ ਕੀਤੀ ਸੀ ਕਿ ਫੋਕ ਮਿਊਜ਼ਿਕ ਤੋਂ ਲੈ ਕੇ ਰੈਪਿੰਗ ਮਿਊਜ਼ਿਕ ਤੱਕ ਹੁਣ ਤੱਕ ਸਾਰੀ ਦਦਾ ਅਸੀਂ ਪੂਰੀਆਂ ਚੇਂਜ ਹੁੰਦੀਆਂ ਦੇਖੀਆਂ ਇੰਡਸਟਰੀ ਦੇ ਵਿੱਚ ਕੀ ਕੀ ਹੁੰਦਾ ਅ ਡਿਪੈਂਡ ਕਰਦਾ ਕਈ ਵਾਰੀ ਉਦੋਂ ਕਲਚਰ ਥੋੜਾ ਜਿਹਾ ਡਿਫਰੈਂਟ ਸੀਗਾ ਉਦੋਂ ਇੰਟਰਨੈਟ ਦਾ ਜਮਾਨਾ ਨਹੀਂ ਸੀ ਉਦੋਂ ਫੇਸਬੁੱਕਾ ਨਹੀਂ ਸੀ ਗਿਆ ਫੇਰ ਅਸੀਂ ਉਹ ਵੀ ਜ਼ਮਾਨਾ ਦੇ ਕਦੋਂ ਤਾਂ ਟੈਲੀਫੋਨ ਵੀ ਨਹੀਂ ਸੀ ਹਲੇ ਹਨਾ ਤੇ ਹੁਣ ਉਹ ਥੋੜਾ ਜਿਹਾ ਚੇਂਜ ਆਉਂਦਾ ਆ ਕਿ ਕਿ ਕਿੱਦਾਂ ਦਾ ਜਿੱਦਾਂ ਜ਼ਮਾਨੇ ਦੇ ਹਿਸਾਬ ਦੇ ਨਾਲ ਜਿਵੇਂ ਤਕਨੀਕ ਚੇਂਜ ਹੁੰਦੀ ਗਈ ਉਸ ਹਿਸਾਬ ਦੇ ਨਾਲ ਪਹਿਲਾਂ ਅਸੀਂ ਜਿਹੜੀਆਂ ਰਿਕਾਰਡਿੰਗਾਂ ਵੀ ਕਰਦੇ ਸੀ ਉਹ ਲਾਈਵ ਕਰਦੇ ਹੁੰਦੇ ਸੀ ਸਾਰੇ ਮਿਊਜ਼ੀਸ਼ੀਅਨ ਬੈਠੇ ਹੁੰਦੇ ਸੀਗੇ ਤਾਂ ਉੱਥੇ ਸਾਰੇ ਲਾਈਵ ਕਰਨਾ ਜੇ ਕਿਸੇ ਤੋਂ ਗਲਤੀ ਹੋ ਗਈ ਫੇਰ ਦੁਬਾਰਾ ਕਰਨਾ ਪੈਣਾ ਪਰ ਹੁਣ ਜਿਹੜੀ ਆ ਹੁਣ ਕੰਪਿਊਟਰ ਦੀ ਆ ਗਈ ਲੱਗਾਈ ਕਿ ਤੁਸੀਂ ਇੱਕ ਇੱਕ ਲਾਈਨ ਨੂੰ ਡੱਬ ਕਰ ਸਕਦੇ ਹੋ ਸੋ ਕਈ ਚੀਜ਼ਾਂ ਜਿਹੜੀਆਂ ਨਵੀਆਂ ਮਾਡਰਨ ਆ ਗਈਆਂ ਫਿਰ ਸਮੇਂ ਜਿੱਦਾਂ ਥੜਾ ਕਲਚਰ ਵੀ ਚੇਂਜ ਹੁੰਦਾ ਰਿਹਾ ਬਿਲਕੁਲ ਉਦੋਂ ਬਹੁਤ ਪਿਓਰ ਪੰਜਾਬੀ ਬੋਲੀ ਜਾਂਦੀ ਸੀ ਪਿਓਰ ਪੰਜਾਬੀ ਪਿਓਰ ਫੋਕ ਗੀਤ ਅਸੀਂ ਗਾਉਂਦੇ ਸੀ ਲੋਕ ਗਥਾਵਾਂ ਦਾ ਜ਼ਮਾਨਾ ਆਇਆ ਲੋਕ ਗਥਾਵਾਂ ਵੀ ਤਾਂ ਚੱਲਦੀਆਂ ਸੀ ਕਿਉਂਕਿ ਜਿੰਨਾ ਚਿਰ ਤੁਹਾਨੂੰ ਸਟੋਰੀ ਦਾ ਪਤਾ ਨਹੀਂ ਹੈਗਾ ਉਹਨਾਂ ਚਿਰ ਉਹਨੂੰ ਸਮਝ ਨਹੀਂ ਸਕਦੇ ਸੋ ਉਹ ਹੌਲੀ-ਹੌਲੀ ਜਾਂਦੀਆਂ ਰਗੀਆਂ ਫਿਰ ਭੰਗੜੇ ਦਾ ਜਦੋਂ ਅਸੀਂ ਭੰਗੜੇ ਦਾ 뮤직 ਲੈ ਕੇ ਆਏ ਨਵਾਂ 트ੈਂਡ ਆਇਆ ਲੋਕਾਂ ਦੇ ਵਿੱਚ ਨਵੀਂ ਨੱਚਣ ਦੀ ਗੱਲਬਾਤ ਹੋਈ ਫਿਰ ਲੋਕਾਂ ਨੂੰ ਪਤਾ ਲੱਗਾ ਨੌਨ ਪੰਜਾਬੀਆਂ ਨੂੰ ਵੀ ਕਿ ਜਿਹੜਾ ਸਾਡਾ ਮਿਊਜ਼ਿਕ ਹੈ ਪੰਜਾਬੀ ਮਿਊਜ਼ਿਕ ਹੈ ਤੇ ਭੰਗੜਾ ਪਿਆ ਪੈ ਸਕਦਾ ਹੈ ਤੇ ਡਾਂਸ ਹੋ ਸਕਦੀ ਹੈ ਸੋ ਸਮੇਂ ਦੇ ਨਾਲ-ਨਾਲ ਫਿਰ ਜਿੱਦਾਂ ਹੁਣ ਉਦੋਂ ਪਿਓਰ ਪੰਜਾਬੀ ਬੋਲਦੇ ਹੁੰਦੇ ਸੀ ਪਿਓਰ ਪੰਜਾਬੀ ਗਾਣੇ ਹੁੰਦੇ ਸੀ ਹੁਣ ਗਾਣਿਆਂ ਦੇ ਵਿੱਚ ਬਹੁਤ ਸਾਰੀ ਇੰਗਲਿਸ਼ ਵੀ ਆ ਗਈ ਇੰਗਲਿਸ਼ ਦੇ ਹਾਂ ਇੰਗਲਿਸ਼ ਦੇ ਵਰਡ ਬਹੁਤ ਆ ਗਏ ਸਾਡੀਆਂ ਜਦੋਂ ਮੈਂ ਹੀ 셀ਫੀ ਫੋਟੋਆਂ ਰਿਕਾਰਡ ਕੀਤੀਆਂ ਸੈਲਫੀ ਖਿੱਚ ਸੋਹਣਿਆ ਲੰਮੀ ਬਾਹ ਕਰਕੇ ਨਾ ਹੋ ਜਾ ਨੇੜੇ ਨੇੜੇ ਫੋਟੋ ਤੇਰੇ ਨਾਲ ਖਚਾਉਣੀ ਫੇਸਬੁੱਕ ਤੇ ਪਾ ਕੇ ਯਾਰਾ ਪੂਰੀ ਟੌਰ ਬਣਾਉਣੀ ਆ ਜਾ ਕੈਮਰੇ ਨੂੰ ਥੋੜਾ ਜਿਹਾ ਤਾਂ ਕਰਕੇ ਸੈਲਫੀ ਖਿੱਚ ਸੋਹਣਿਆ ਲੰਮੀ ਬਾਹ ਕਰਕੇ ਸੋ ਉਹ ਵੀ ਚੀਜ਼ਾਂ ਸਾਡੇ ਵਿੱਚ ਮਿਕਸ ਹੁੰਦੀਆਂ ਗਈਆਂ ਸੋ ਬਹੁਤ ਚੇਂਜ ਜਿਹੜੇ ਅਸੀਂ ਇੰਡਸਟਰੀ ਦੇ ਵਿੱਚ ਦੇਖਿਆ ਉਦੋਂ ਜਿਹੜੀ ਇੰਡਸਟਰੀ ਸੀਗੀ ਉਦੋਂ ਇਹ ਵੀ ਸੀਗਾ ਵੀ ਲੋਕ ਕੁਝ ਜਿਹੜੇ ਸਾਡਾ ਸਮਾਜ ਸੀ ਹਾਂਜੀ ਉਹ ਗਾਇਕਾਂ ਨੂੰ ਚੰਗਾ ਨਹੀਂ ਮੰਨਦਾ ਸੀ ਕਾਫੀ طبਕਾ ਵੱਡਾ ਹਾਂਜੀ ਹਾਂਜੀ ਬਿਲਕੁਲ ਅੱਜ ਦੇ ਵਿੱਚ ਇੰਨਾ ਕੁ ਬਦਲਾਅ ਹੋ ਚੁੱਕਾ ਹਾਂਜੀ ਕਿ ਹਰ ਬੰਦਾ ਚਾਹੁੰਦਾ ਵੀ ਮੇਰੇ ਪਰਿਵਾਰ ਚੋਂ ਬੱਚਾ ਗਾਣ ਵਾਲਾ ਨਿਕਲੇ ਬਿਲਕੁਲ ਜੀ ਪਹਿਲਾਂ ਸਾਡੇ ਟਾਈਮ ਤਾਂ ਹੁੰਦਾ ਸੀਗਾ ਵੀ ਪੇਰੈਂਟਸ ਨੂੰ ਇਹ ਹੁੰਦਾ ਤੁਸੀਂ ਪੜ ਲਓ ਜੇ ਤੁਸੀਂ ਗਾਉਨੇ ਆ ਤਾਂ ਇਹ ਕਿਹੜਾ ਕੋਈ ਕੰਮ ਹੈ ਤੇ ਜਹ ਕਹਿੰਦੇ ਨਹੀਂ ਵੀ ਮੁੰਡਾ ਕੁੜੀ ਲਈ ਮੁੰਡਾ ਦੇਖਣ ਜਾਂਦੇ ਹੁੰਦੇ ਸੀ ਤੂੰ ਪੁੱਛਦੇ ਹੁੰਦੇ ਸੀ ਵੀ ਤੁਸੀਂ ਕਿਹ ਮੁੰਡਾ ਕੰਮ ਕੀ ਕਰਦਾ ਉਹ ਕਹਿੰਦਾ ਜੀ ਮੁੰਡਾ ਗਾਉਂਦਾ ਜਾਂ ਡਰਾਮੇ ਕਰਦਾ ਕਹਿੰਦਾ ਉਹ ਇਹ ਤਾਂ ਗੱਲ ਠੀਕ ਆ ਪਰ ਮੁੰਡਾ ਜਿਹੜਾ ਕੰਮ ਕੀ ਕਰਦਾ ਕੰਮ ਕੀ ਕਰਦਾ ਉਹਨੂੰ ਕੰਮ ਮਿੱਥਿਆ ਨਹੀਂ ਸੀ ਜਾਂਦਾ ਲੇਕਿਨ ਹੁਣ ਹਰ ਪੇਰੈਂਟਸ ਇਹ ਚਾਹੁੰਦਾ ਆ ਕਿ ਦੇਖੋ ਪੰਗੜੀਆਂ ਵੀ ਸਿੱਖੇ ਮੇਰਾ ਬੱਚਾ ਮੇਰਾ ਬੱਚਾ ਗਾਉਣ ਵੀ ਲੱਪੇ ਕਿਉਂਕਿ ਗਾਇਕੀ ਦੇ ਵਿੱਚ ਦੀਸ ਡੇ ਦੇ ਵਿੱਚ ਪੈਸਾ ਬਹੁਤ ਆ ਜੇ ਤੁਸੀਂ ਚੰਗੇ ਸਿੰਗਰ ਹੋ ਵਧੀਆ ਤਰੀਕੇ ਨਾਲ ਪੈਸਾ ਵੀ ਜਦੋਂ ਦਾ ਆਪਣੀ ਲਾਈਫ ਫਾਸਟ ਹੋਈ ਜਦੋਂ ਮੋਬਾਈਲ ਆਇਆ ਉਸ ਤੋਂ ਬਾਅਦ ਹੀ ਪੈਸੇ ਦਾ ਵੀ ਜਿਹੜਾ ਦੌਰ ਵਧਿਆ ਪਹਿਲਾਂ ਤਾਂ ਜਦੋਂ ਸ਼ੁਰੂਆਤ ਤੁਹਾਡੀ ਹੋਈ ਹੋਣੀ ਮੇਰੇ ਖਿਆਲ ਉਦੋਂ ਤਾਂ ਕੋਈ ਇੰਨਾ ਜਿਆਦਾ ਉੱਚ ਪੈਸਾ ਨਹੀਂ ਸੀ ਨਹੀਂ ਉਹ ਕਰਕੇ ਇਹ ਇੰਟਰਨੈਟ ਦੇ ਆਉਣ ਦਾ ਨੁਕਸਾਨ ਵੀ ਬੜਾ ਹੋਇਆ ਪਰ ਇਹਦਾ ਫਾਇਦਾ ਵੀ ਬਹੁਤ ਹੋਇਆ ਇਹ ਨਹੀਂ ਹੁਣ ਜਿੱਦਾਂ ਆਪਾਂ ਗੱਲਬਾਤ ਕਰ ਰਹੇ ਆਂ ਜਦੋਂ ਇਹ YouTube ਤੇ ਪੈ ਜਾਂਦੀ ਹੈ ਜਾਂ ਤੁਸੀਂ ਚੈਨਲ ਤੇ ਦਿਖਾਉਂਦੇ ਹੋ ਵਰਲਡ ਵਾਈਡ ਹੋ ਜਾਂਦਾ ਪਹਿਲਾਂ ਇੱਥੇ ਚੈਨਲ ਵੀ ਨਹੀਂ ਸੀ ਹੁੰਦੇ ਹਨਾ ਹੁਣ ਸਾਡੇ ਚੈਨਲ ਆ ਗਿਆ ਅਸੀਂ ਸੰਜੀਵ ਇਦਾਂ ਵੀ ਕਰਦੇ ਰਹੇ ਹਾਂ ਕਿ ਜਦੋਂ ਇੱਥੇ ਅਮਰੀਕਾ ਕੈਨੇਡਾ ਸ਼ੋਅ ਕਰਦੇ ਹੁੰਦੇ ਸੀ ਕੋਈ ਮੀਡੀਆ ਹੀ ਨਹੀਂ ਸੀ ਹੁੰਦਾ ਕੋਈ ਮੀਡੀਆ ਕੋਈ ਰੇਡੀਓ ਨਹੀਂ ਕੋਈ ਟੈਲੀਵਿਜ਼ਨ ਨਹੀਂ ਕੁੱਖ ਨਹੀਂ ਸੀ ਹੁੰਦਾ ਤੇ ਤੁਸੀਂ ਮਤਲਬ ਲੋਕ ਜਿਹੜੇ ਸੀ ਉਹੀ ਮਾਊਥ ਪਬਲਿਸਿਟੀ ਦੇ ਨਾਲੇ ਤੁਸੀਂ ਜਦੋਂ ਘਰ ਤੇ ਜਾਣਾ ਜਾਂ ਤੁਸੀਂ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾਣਾ ਤੇ ਉੱਥੋਂ ਲੋਕਾਂ ਨੂੰ ਪਤਾ ਲੱਗ ਜਾਂਦਾ ਇੰਦੀ ਤੁਸੀਂ ਆਏ ਆ ਤੇ ਉਹ ਉਹ ਇਦਾਂ ਹੀ ਮਤਲਬ ਲੋਕਾਂ ਨੂੰ ਪਤਾ ਲੱਗਦਾ ਹੁੰਦਾ ਸੀ ਲੇਕਿਨ ਹੁਣ ਦਾ ਜਿਹੜਾ ਜ਼ਮਾਨਾ ਹੁਣ ਤਾਂ ਜਿਹੜੇ ਚੈਨਲ ਆ ਹੁਣ ਜਿਹੜੇ ਆ ਮਤਲਬ ਜਿਹੜਾ ਸੋਸ਼ਲ ਮੀਡੀਆ ਉਹਨੇ ਬੜੀ ਦੁਨੀਆ ਛੋਟੀ ਕਰ ਦਿੱਤੀ ਸੋ ਉਹਦੇ ਕਰਕੇ ਹੁਣ ਜਿਹੜੀ ਜਿਹੜੀ ਇਹ ਵੀ ਇੱਕ ਬਹੁਤ ਵੱਡਾ ਬਦਲਾ ਆਇਆ ਇਹਦੇ ਨਾਲ ਲੋਕਾਂ ਦੇ ਨਾਲ ਨੇੜਤਾ ਤੁਹਾਡੀ ਹੋਰ ਵੱਧ ਗਈ ਉਹ ਇਹ ਤਾਂ ਤੁਹਾਡੀ ਗਾਇਕੀ ਦੀ ਗੱਲ ਹੋ ਗਈ ਹੁਣ ਗੱਲ ਕਰਦੇ ਆਪਾਂ ਮਿਊਜ਼ਿਕ ਦੀ ਮਿਊਜ਼ਿਕ 'ਚ ਬਹੁਤ ਵੱਡਾ ਬਦਲਾ ਆਇਆ ਹਾਂਜੀ ਤੁਹਾਡੇ ਵੇਲੇ ਪਹਿਲਾਂ ਢੋਲ ਕੀ ਹੋਣੀ ਹਰਮੋਨੀਅਮ ਹੋਣਾ ਹੈਨਾ ਜੀ ਆ ਜਿਹੜੇ ਸਾਡੇ ਵਿਰਾਸਤੀ ਸਾਜ਼ ਨੇ ਹਾਂਜੀ ਉਹ ਬਹੁਤ ਸੀਗੇ ਅੱਜ ਦੀ ਡੇਢ ਤੋਂ ਸਾਡਾ ਡਿਜੀਟਲ ਹੋ ਗਿਆ ਮਿਊਜ਼ਿਕ ਮੈਂ ਜਿਵੇਂ ਇਹ ਗੱਲ ਕੀਤਾ ਕਿਉਂਕਿ ਇੱਕ ਤਾਂ ਇਨਸਟੂਮੈਂਟ ਵਜਾਉਣ ਵਾਲੇ ਜਿਹੜੇ ਮਿਊਜ਼ੀਸ਼ੀਅਨ ਉਹ ਹੁਣ ਜਿੱਦਾਂ ਸਾਡੇ ਇੰਗਲੈਂਡ 'ਚ ਸੀਗਾ ਜਦੋਂ ਮੈਂ ਆਇਆ ਉੱਥੇ ਮਿਊਜ਼ੀਸ਼ੀਅਨ ਹੁੰਦੇ ਨਹੀਂ ਸੀ ਅਸੀਂ ਹੌਲੀ-ਹੌਲੀ ਜਿਹੜੀ ਨਵੇਂ ਜਨਰੇਸ਼ਨ ਨੂੰ ਆਪਣੇ 뮤ਜ਼ਿਕ ਨਾਲ ਜੋੜਿਆ ਜੋੜਿਆ ਤਾਂ ਉਹ ਕੋਈ ਗਿਟਾਰ ਸਿੱਖਣ ਲੱਗ ਪਿਆ ਕੋਈ ਕੀਬੋਰਡ ਵਜਾਉਣ ਲੱਗ ਗਿਆ ਕੋਈ ਢੋਲਕੀ ਸਿੱਖਦਾ ਕੋਈ ਕੁਝ ਕਰਦਾ 뮤ਜ਼ਿਕ ਵਾਲੇ ਪਾਸੇ ਨੂੰ ਆ ਗਿਆ ਲੇਕਿਨ ਹੁਣ ਜਿਹੜੀ ਗahan ਨਵੀਂ ਹੋਰ ਜਨਰੇਸ਼ਨ ਨਵੀਂ ਆ ਰਹੀ ਆ ਉਹਨਾਂ ਨੂੰ 뮤ਜ਼ਿਕ ਬਾਰੇ ਇਨਸਟਰੂਮੈਂਟ ਵਜਾਉਣ ਦਾ ਬੜਾ ਚਾਹ ਨਹੀਂ ਹੁਣ ਢੋਲ ਤਾਂ ਵਜਾਉਣ ਲੱਪਣਗੇ ਸਾਡੇ ਹੁਣ ਇੰਗਲੈਂਡ ਦੇ ਵਿੱਚ ਜੇ ਤੁਸੀਂ ਦੇਖ ਲੋ ਕਿ ਕਿੰਨੇ ਹਜ਼ਾਰਾਂ ਹੀ ਢੋਲ ਵਾਲੇ ਹੋਣਗੇ ਪਰ ਜਿਹੜੇ ਕੀਬੋਰਡ ਵਜਾਉਣ ਲਈ ਜਾਂ ਜਿਹੜਾ ਇਨਸਟਰੂਮੈਂਟ ਵਜਾਉਣ ਦੇ ਲਈ ਬਹੁਤ ਮੁੰਡੇ ਘਟ ਨੇ ਕਿਉਂਕਿ ਘਟ ਨਿਆਣਿਆਂ ਨੂੰ ਮੈਨੂੰ ਲੱਗਦਾ ਇੰਟਰਸਟ ਆ ਗਾਹਾਂ ਦੀ ਗਾ ਇਹ ਕਿ ਵੀ ਹੋ ਸਕਦਾ ਇੱਕ ਵੱਡੀ ਵੱਡੀ ਦਿਖਾਤ ਆ ਸਾਡੇ ਲਈ ਇਹ ਜਿਹੜੇ ਫੋਰਨ ਦੇ ਲਈ ਬਿਕੋਜ਼ ਸਾਡੀ ਚੌਥੀ ਪੰਜਵੀਂ ਜਨਰੇਸ਼ਨ ਹੋ ਗਈ ਆ ਹੂੰ ਸੋ ਉਹਦੇ ਚ ਅਸੀਂ ਚਾਹ ਕਈਏ ਚਾ ਨਾ ਕਈਏ ਪਰ ਜਿਹੜੇ ਸਾਡੇ ਬੱਚੇ ਆ ਉਹ ਪੰਜਾਬੀ ਨਾਲੋਂ ਥੋੜੇ ਥੋੜੇ ਪਿੱਛੇ ਹਟਦੇ ਜਾ ਹਿੱਥ ਕੋਈ ਦੌਰ ਆਏ ਹਾਂ ਇਹ ਅਸੀਂ ਅਮੀ ਉਦਾਂ ਹੀ ਕਹੀ ਜਾਈਏ ਤੁਹਾਡੇ ਆਪਾ ਪਾਪਾ ਜੀ ਵਿਦੇਸ਼ਾਂ ਚ ਆ ਕੇ ਬਸ ਗਏ ਹਾਂਜੀ ਜਿਹੜੇ ਸਾਡੇ ਪੰਜਾਬੀ ਭਾਈਚਾਰਾ ਵਾ ਉਹ ਕੋਸ਼ਿਸ਼ ਉਹਦੀ ਹੁੰਦੀ ਆ ਵੀ ਆਪਣੇ ਬੱਚੇ ਨੂੰ ਪੰਜਾਬੀ ਨਾਲ ਪੰਜਾਬੀ ਵਿਰਾਸਤ ਨਾਲ ਜੋੜ ਕੇ ਰੱਖਿਆ ਜਾਵੇ ਲੇਕਿਨ ਜਿਹੜੇ ਇੱਥੇ ਪੜਦੇ ਬੱਚੇ ਉਹਨਾਂ ਚ ਕਾਫੀ ਬਦਲਾ ਦੇਖਣ ਚਾ ਰਿਹਾ ਨਹੀਂ ਉਹ ਉਹ ਸੰਜੀਵ ਜੀ ਉਹਨਾਂ ਦੀ ਉਹਨਾਂ ਦੀ ਪ੍ਰੋਬਲਮ ਨਹੀਂ ਹੈ ਉਹ ਉਹਨਾਂ ਦਾ ਵੀ ਇੱਕ ਕਲਚਰ ਆ ਕਿਉਂਕਿ ਜਿਸ ਕਲਚਰ ਵਿੱਚ ਤੁਸੀਂ ਪੜ ਰਹੇ ਹੋ ਜਿਸ ਕਲਚਰ ਵਿੱਚ ਤੁਸੀਂ ਲਿਖ ਰਹੇ ਆਪਣੇ ਫਰੈਂਡਸ ਦੇ ਨਾਲ ਜਾ ਰਹੇ ਆ ਜੇ ਹੁਣ ਗੋਰਿਆਂ ਦੇ ਨਾਲ ਜਾਣਗੇ ਉਹ ਸਕੂਲੇ ਪੜ੍ਹਦੇ ਆ ਡੈਫੀਨਿਟਲੀ ਉਹ ਇੰਗਲਿਸ਼ ਦੇ ਉੱਥੇ ਸਾਰੇ ਸਬਜੈਕਟ ਹੋਣਗੇ ਹੁਣ ਉੱਥੇ ਥੋੜੀ ਉਹ ਪੰਜਾਬੀ ਬੋਲ ਸਕਦੇ ਆ ਉਹ ਅਸਲ 'ਚ ਸਾਡੇ ਜਿਹੜੇ ਬੱਚੇ ਉਹ ਸਾਡੇ ਨਾਲੋਂ ਵੀ ਤੰਗ ਨੇ ਕਿਉਂਕਿ ਉਹ ਦੋ ਡਬਲ ਕਲਚਰ ਵਿੱਚ ਪੜ੍ਹ ਰਹੇ ਜੇ ਅਸੀਂ ਘਰੇ ਕਹਿੰਦੇ ਪੰਜਾਬੀ ਬੋਲੋ ਉੱਥੇ ਕਹਿੰਦੇ ਇੰਗਲਿਸ਼ ਬੋਲੋ ਇੰਗਲਿਸ਼ ਬੋਲੋ ਹਾਂ ਉਹ ਦੋ ਪਾਸੇ ਫਸ ਗਏ ਉਹ ਬੜੇ ਬੜੇ ਉਹ ਸੋ ਉਹ ਪੰਜਾਬੀ ਘੱਟ ਸਮਝਣ ਨਾਲ ਅ ਜਿਹੜੇ ਆ ਫਿਰ ਗੀਤ ਵੀ ਘੱਟ ਸਮਝਣਗੇ ਜਦੋਂ ਘੱਟ ਸਮਝਣਗੇ ਤੇ ਦਿਨ ਫਿਰ ਉਹ ਇੰਗਲਿਸ਼ ਗੀਤਾਂ ਵੱਲ ਜਾਣਗੇ ਸੋ ਉਹਦਾ ਵੀ ਇੱਕ ਸਾਡੀ ਪੰਜਾਬੀ ਗਾਇਕੀ 'ਚ ਬੜਾ ਕਹਿੰਦੇ ਨਿਗਹਾਰ ਆਇਆ ਕਿ ਮਤਲਬ ਜਿਹੜੇ ਬੱਚਿਆਂ ਨੂੰ ਥੋੜੀ ਥੋੜੀ ਪੰਜਾਬੀ ਘੱਟ ਸਮਝਣ ਲੱਗੇ ਆ ਸੋ ਉਹਦੇ ਕਰਕੇ ਜਿਹੜਾ ਪੰਜਾਬੀ ਗਾਇਕੀ ਪਿੱਛੇ ਰਹਿ ਗਈ ਥੋੜੀ ਜੀ ਇੰਗਲਿਸ਼ ਦਾ ਰੈਪ ਆਉਣਾ ਸ਼ੁਰੂ ਹੋ ਗਿਆ ਉਹ ਵਿੱਚ ਮਿਕਸ ਆ ਗਿਆ ਉਹ ਮਿਕਸ ਹੋ ਗਿਆ ਨਿਆਣਿਆਂ ਨੂੰ ਸੌਖਾ ਹੋ ਗਿਆ ਕਿ ਹਾਂ ਇਹ ਹਾਂ ਫੀਲਿੰਗ ਹੋ ਟੋਟਤਾ ਜੀ ਇਹ ਉਹ ਫਲਾਨਾ ਉਹ ਉਹਨਾਂ ਨੂੰ ਸਮਝਣਾ ਸੌਖਾ ਪਰ ਪੰਜਾਬੀ ਗਾਇਕੀ ਨੇ ਇੱਕ ਇਸ ਇਸ ਲੈਵਲ ਦੀ ਕਾਮਯਾਬੀ ਹਾਸਲ ਕਰ ਲਈ ਹੈ ਹੂੰ ਕੀ ਪੰਜਾਬੀ ਫਿਲਮ ਇੰਡਸਟਰੀ ਤਾਂ ਹੈ ਹੀ ਹੈ ਹਾਂਜੀ ਬਾਲੀਵੁੱਡ ਲੈ ਲਓ ਹਾਲੀਵੁੱਡ ਲੈ ਲਓ ਹਾਂਜੀ ਸਾਰਿਆਂ ਦੇ ਵਿੱਚ ਪੰਜਾਬੀ ਮਿਊਜ਼ਿਕ ਦਾ ਇੱਕ ਵੱਖਰਾ ਹੀ ਸਥਾਨ ਆ ਪੰਜਾਬੀ ਅੱਜ ਦੀ ਢੇਰ ਚ ਮੇਰੇ ਖਿਆਲ ਕੋਈ ਬਾਲੀਵੁੱਡ ਦੀ ਮੂਵੀ ਕੋਈ ਇਹੋ ਜਿਹੀ ਹੋਊਗੀ ਜਿਸ ਵਿੱਚ ਪੰਜਾਬੀ ਟੱਚ ਨਹੀਂ ਹੋਊਗਾ ਜਿਹਦੇ ਗੀਤ ਦੇ ਵਿੱਚ ਅਦਰਵਾਈਜ਼ ਸਾਡੇ ਕਈ ਭਰਾ ਜਿਹੜੇ ਆ ਸਿੰਗਰ ਸਾਡੇ ਭਰਾ ਨੇ ਗਾਇਕ ਭਰਾ ਨੇ ਉਹ ਉਸ ਇੰਡਸਟਰੀ ਜਾ ਕੇ ਸੈਟਲ ਹੋਏ ਨੇ ਹਾਂਜੀ ਹਾਂਜੀ ਤੁਹਾਡਾ ਵੀ ਤੋਦ ਤੂਦ ਤੂਤੀਆਂ ਵਾਲਾ ਜਿਹੜਾ ਵਾ ਉਹ ਉਹਨੇ ਇੱਕ ਨਵਾਂ ਮੋੜ ਦਿੱਤਾ ਸੀ ਬਿਲਕੁਲ ਬਿਲਕੁਲ ਜਿਹੜੀ ਜਿਹੜੀ ਬਾਲੀਵੁੱਡ ਇੰਡਸਟਰੀ ਆ ਜੀ ਉਹ ਬਗਾਰ ਪੰਜਾਬੀ ਗੀਤ ਤੋਂ ਹੋ ਹੀ ਨਹੀਂ ਸਕਦੀ ਗੱਲ ਕਿਉਂਕਿ ਜਦੋਂ ਭੰਗੜੇ ਦੀ ਗੱਲ ਆਉਂਦੀ ਹੈ ਜਦੋਂ ਡਾਂਸ ਦੀ ਗੱਲ ਆਉਗੀ ਫਿਰ ਪੰਜਾਬੀ ਹੀ ਟਿਊਨ ਚਾਹੀਦੀ ਹੈ ਫਿਰ ਹਿੰਦੀ ਤੇ ਦਾ ਹੋਰ ਗੀਤਾਂ ਤੇ ਨਹੀਂ ਹੋ ਸਕਦੀ ਗੱਲ ਫਿਰ ਜਦੋਂ ਢੋਲ ਖੜਕਦਾ ਪੈਰ ਆ ਭਾਈ ਹਾਂ ਬਿਲਕੁਲ ਨਿਕਲੋ ਅਸੀਂ ਕਿਉਂਕਿ ਅਸੀਂ ਜਦੋਂ ਮੈਂ ਇੰਗਲੈਂਡ ਆਏ ਅਸੀਂ ਬੱਚਿਆਂ ਨੂੰ ਇੰਗਲਿਸ਼ ਨਾਲੋਂ ਤੋੜ ਕੇ ਪੰਜਾਬੀ ਨਾਲ ਜੋੜਿਆ ਉਹ ਪੰਜਾਬੀ ਨਾਲ ਜੁੜ ਗਏ ਇੱਕ ਜਨਰੇਸ਼ਨ ਦੋ ਜਨਰੇਸ਼ਨ ਅਸੀਂ ਸੰਭਾਲ ਲਈਆਂ ਹੁਣ ਜਿਹੜੀਆਂ ਤੀਜੀ ਜਨਰੇਸ਼ਨ ਨੇ ਉਹ ਥੋੜੀ ਜਿਹੀ ਥੋੜੀ ਜਿਹੀ ਇੱਧਰ ਜਾ ਰਹੀ ਹੈ ਪਰ ਆਪਾਂ ਕੋਸ਼ਿਸ਼ ਕਰਾਂਗੇ ਕਿ ਇਹਨਾਂ ਨੂੰ ਵੀ ਹੋਰ ਤਰੀਕੇ ਨਾਲ ਹੋਰ ਵਧੀਆ ਸ਼ੋਅ ਕਰਕੇ ਵਧੀਆ ਤਰੀਕੇ ਦੇ ਨਾਲ ਕਰਕੇ ਉਹਨਾਂ ਨੂੰ ਵੀ ਪੰਜਾਬੀ ਐਂਟਰਟੇਨ ਕਰਕੇ ਪੰਜਾਬੀ ਐਂਟਰਟੇਨ ਕਰਕੇ ਅਸੀਂ ਪੰਜਾਬੀ ਵੱਲ ਫੇਰ ਮੋੜ ਕੇ ਲਿਆ ਸਕਦੇ ਹਾਂ ਹਲੇ ਇੱਕ ਵੇਲਾ ਹੋ ਗਿਆ ਜੀ ਬ੍ਰੇਕ ਦਾ ਇਸੇ ਤਰ੍ਹਾਂ 골ਡਨ ਸਟਾਰ ਮਲਕੀਤ ਸਿੰਘ ਨਾਲ ਜਾਰੀ ਰਹੇਗੀ ਗੱਲਬਾਤ ਹੋਰ ਜਾਣਾਂਗੇ ਪੰਜਾਬੀ ਇੰਡਸਟਰੀ ਚ ਕਿਸ ਤਰ੍ਹਾਂ ਦੇ ਬਦਲਾਅ ਦੇਖਣ ਨੂੰ ਮਿਲੇ ਨੇ ਕਿਤੇ ਜਾਈਓ ਨਾ ਹੁਣ ਹੀ ਹਾਜ਼ਰ ਹੋਣੇ ਆ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਸਾਡੀ ਚਰਚਾ ਚੱਲ ਰਹੀ ਸੀ 골ਡਨ ਸਟਾਰ ਮਲਕੀਤ ਸਿੰਘ ਹੋਣਾ ਨਾ ਜਿਹੜੇ ਕਿ 35 ਸਾਲਾਂ ਤੋਂ ਵੱਧ ਵਕਫਾ ਇਹਨਾਂ ਨੂੰ ਹੋ ਗਿਆ ਪੰਜਾਬੀ 뮤직 ਇੰਡਸਟਰੀ ਨਾਲ ਜੁੜੇ ਹੋਏ ਔਰ ਬੜੇ ਹੀ ਬਦਲਾਅ ਇਹਨਾਂ ਨੇ ਆਪਣੀ ਲਾਈਫ 'ਚ ਦੇਖੇ ਅਸੀਂ ਵੀ ਦੇਖੇ ਨੇ ਇਹ ਮਲਕੀਤ ਜੀ ਹੁਣ ਤੱਕ ਇਹ ਆਪਾਂ ਗੱਲ ਕੀਤੀ ਆ ਵੀ 뮤직 ਇੰਡਸਟਰੀ ਬਦਲਾਅ ਹਾਂਜੀ ਜਦੋਂ ਪਹਿਲਾਂ ਸੀ ਉਦੋਂ ਕੋਈ ਕੋਈ ਸਿੰਗਰ ਸਾਹਮਣੇ ਆਉਂਦੇ ਸੀ ਹਾਂਜੀ ਅੱਜ ਤਾਂ ਸਿੰਗਰ ਜਿੱਥੇ ਮਰਜੀ ਦੇਖੋ ਕਿਉਂਕਿ ਪਲੇਟਫਾਰਮ ਬਹੁਤ ਹੋ ਗਏ ਹਾਂ ਇਹ ਬਿਲਕੁਲ ਇਹਨਾਂ ਇਹਨਾਂ ਫਾਇਦਾ ਵੀ ਹੋਇਆ ਔਰ ਇਹਦਾ ਨੁਕਸਾਨ ਵੀ ਹਾਂ ਜਿਹੜਾ ਟੈਲੈਂਟ ਲੁਕਿਆ ਹੋਇਆ ਸੀ ਉਹ ਬਾਹਰ ਆਇਆ ਹਾਂ ਜਿਹੜਾ ਟੈਲੈਂਟ ਰੁਕਿਆ ਹੋਇਆ ਸੀ ਉਹ ਬਾਹਰ ਆ ਗਿਆ ਫਿਰ ਮੈਂ ਆਲਵੇਜ਼ ਗੱਲ ਕਰਦਾ ਹਾਂ ਕਿ ਗਾਉਣਾ ਬਹੁਤ ਕੋਈ ਗਾਉਣਾ ਮਾੜੀ ਗੱਲ ਨਹੀਂ ਹੈਗੀ ਬੱਚਿਆਂ ਨੂੰ ਕਿਸੇ ਡਰੱਗਸ ਨਾਲ ਜਾਂ ਕਿਸੇ ਮਾੜੇ ਕੰਮ ਨਾਲ ਨਹੀਂ ਜੋੜਨਾ ਚਾਹੀਦਾ ਇਹ ਤਾਂ ਬਹੁਤ ਵਧੀਆ ਗੱਲ ਹੈ ਸਾਨੂੰ ਅਨਕੋਰੇਜਮੈਂਟ ਕਰਨੀ ਚਾਹੀਦੀ ਉਹਨਾਂ ਨੂੰ ਵਧੀਆ ਗੱਲ ਹੈ ਉਹ 뮤직 ਦੇ ਨਾਲ ਜੁੜਨ ਪਰ ਉਹ ਮੇਸ਼ਾ ਸਿੱਖ ਕੇ ਆਉਣ ਨੂੰ ਵਧੀਆ ਤਰੀਕੇ ਦੇ ਨਾਲ ਆਉਣ ਜਿਵੇਂ ਆਪਾਂ ਪੀਟੀਸੀ ਤੇ ਅਵਾਰਡ ਕਰਦੇ ਕਰਦੇ ਆਪਾਂ ਕੰਪੀਟੀਸ਼ਨ ਕਰਦੇ ਆ ਮਿਊਜ਼ਿਕ ਅਵਾਰਡ ਹੋ ਗਿਆ ਜਾਂ 2250 2250 2250 ਉੱਥੇ ਮੈਂ ਬਹੁਤ ਵਾਰੀ ਗੱਲ ਕਰ ਮੈਨੂੰ ਕਿਸੇ ਨੇ ਲਾਸਟ ਇੰਟਰਵਿਊ 'ਚ ਕਿਸੇ ਹੋਰ ਨੇ ਵੀ ਪੁੱਛਿਆ ਸੀ ਕਿ ਜਦ ਤੁਸੀਂ ਉੱਥੇ ਜੱਜ ਬੈਠੇ ਹੁੰਦੇ ਆ ਪੀਟੀਸੀ ਤੇ ਤਾਂ ਕਿਹਦਾ ਤੁਹਾਨੂੰ ਲੱਗਦਾ ਮੈਂ ਕਹਿੰਿਆ ਯਾਰ ਵਧੀਆ ਹੀ ਬਹੁਤ ਗੱਲ ਆ ਕਿਉਂਕਿ ਦੇਖੋ ਅਸੀਂ 40 50 ਜਿਹੜੇ ਸਟੂਡੈਂਟ ਉਹਨਾਂ ਨੂੰ ਪਹਿਲਾਂ ਚੁਣਦੇ ਆ ਫਿਰ ਉਹਨਾਂ ਨੂੰ ਹੌਲੀ ਹੌਲੀ 1 2 3 ਜਾਂਦੇ ਆ ਉਕੇ ਅਸੀਂ ਸਾਰਿਆਂ ਨੂੰ ਤਾਂ ਨਹੀਂ ਕਰ ਸਕਦੇ ਪਰ ਦੇਖੋ ਕਿੰਨਾ ਦੱਸਣਾ ਪੈਂਦਾ ਉਹਨਾਂ ਨੂੰ ਕਿ ਨਹੀਂ ਕਾਕਾ ਤੂੰ ਇੱਥੋਂ ਗਲਤ ਗਿਆ ਇੱਥੋਂ ਇਦਾਂ ਕਰੇਗਾ ਤੇ ਇਦਾਂ ਹੋ ਸਕਦਾ ਪਰ ਮੈਂ ਕਹਿੰਦਾ ਇੱਕ ਉਹ ਕਿੰਨੇ ਉਹ ਲੱਕੀਆ ਸਾਨੂੰ ਤਾਂ ਕਿਸੇ ਨੇ ਦੱਸਿਆ ਹੀ ਨਹੀਂ ਇਦਾਂ ਉਸ ਟਾਈਮ ਤੇ ਇਦਾਂ ਦੀ ਕੋਈ ਗੱਲ ਹੈ ਨਹੀਂ ਸੀਗੀ ਸੋ ਐਟ ਲੀਸਟ ਉਹ ਸਿੱਖ ਕੇ ਅੱਗੇ ਆਉਣ ਸੋ ਪਹਿਲੂ ਜਿਹੜੀ ਗੱਲ ਹੁੰਦੀ ਸੀ ਪਹਿਲੂ ਦੂਰਦਰਸ਼ਨ ਹੀ ਹੁੰਦਾ ਸੀ ਕੱਲਾ ਔਰ ਉਹ ਵੀ ਬੜੇ ਸਿਲੇਕਟਡ ਜਿਹੇ ਆਰਟਿਸਟਾਂ ਨੂੰ ਲੈਂਦਾ ਹੁੰਦਾ ਸੀ ਔਰ ਦੂਸਰੀ ਗੱਲ ਤੇ ਦੂਰਦਰਸ਼ਨ ਤੇ ਆ ਜਾਣਾ ਤਾਂ ਕਹਿੰਦਾ ਦੂਰਦਰਸ਼ਨ ਤੇ ਬੜੀ ਵੱਡੀ ਗੱਲ ਹੁੰਦੀ ਸੀ ਔਰ ਪਰ ਹੁਣ ਜਦੋਂ ਪਲੇਟਫਾਰਮ ਬਹੁਤ ਆ ਗਏ ਪਰ ਜਿਹੜੀ ਜਿਹੜੀ ਇੱਕ ਮੈਂ ਬਹੁਤ ਵਰੀਡ ਵਾਲੀ ਗੱਲ ਤੁਹਾਨੂੰ ਕਹਿਣ ਲੱਗਾ ਤੁਹਾਡੇ ਚੈਨਲ ਤੇ ਕਿਉਂਕਿ ਸਾਡੀ ਜਿਹੜੀ ਪੰਜਾਬੀ ਇੰਡਸਟਰੀ ਹੈ ਨਾ ਉਹਦੇ ਵਿੱਚ ਅ ਇਸ ਟਾਈਮ ਤੇ ਬਹੁਤ ਬਹੁਤ ਹੀ ਇੱਕ ਜੰਕਸ਼ਨ ਨੂੰ ਸੁਣਨ ਵਾਲੀ ਗੱਲ ਹੈ ਕਿ ਤੁਸੀਂ ਗਾਣਾ ਜਦੋਂ ਰਿਕਾਰਡ ਕਰਦੇ ਆ ਪਹਿਲੋਂ ਇਹ ਸੋਚੋ ਕਿ ਮੈਂ ਗਾਣਾ ਕਿੱਥੇ ਆ ਇਹ ਕੀ ਇਹ ਕੋਈ ਗਾਣਾ ਨੱਚਣ ਵਾਲਾ ਆ ਜਾਂ ਇਹ ਕੋਈ ਗਾਣਾ ਸੁਣਨ ਵਾਲਾ ਆ ਜਾਂ ਜਿਹੜੇ ਮੈਂ ਜਦੋਂ ਸਟੇਜ ਤੇ ਹੋਇਆ ਜਿਹੜੀ ਆਡੀਅנס ਮੋਹਰੇ ਬੈਠੀ ਆ ਉਹ ਕੀ ਸੋਚੂਗੀ ਉਹ ਕੀ ਕਿੱਦਾਂ ਦਾ ਮੈਨੂੰ ਗਾਣਾ ਮਤਲਬ ਉਦਾਂ ਦਾ ਗਾਣਾ ਰਿਕਾਰਡ ਕਰੋ ਕਿ ਤੁਹਾਨੂੰ ਪਤਾ ਲੱਗੇ ਕਿ ਯਾਰ ਤੁਸੀਂ ਜਦੋਂ ਕਾਨਸਰਟ ਕੀਤਾ ਤੁਹਾਡਾ ਕਿੱਦਾਂ ਦਾ ਚੱਲੂਗਾ ਨਾ ਕਿ ਇਦਾਂ ਨਾ ਕਰੋ ਕਿ ਦੋ ਬੰਦੇ ਚਾਰ ਬੰਦੇ ਨੇ ਕਿਹਾ ਵੀ ਤੂੰ ਚੰਗਾ ਗਾ ਸਕਦਾ ਤਾਂ ਉੱਠ ਕੇ ਰਿਕਾਰਡਿੰਗ ਕਰ ਲਓ ਇਸੇ ਚੱਕਰ ਦੇ ਵਿੱਚ ਬਹੁਤ ਲੋਕਾਂ ਨੇ ਪੈਸੇ ਵੇਸਟ ਕੀਤੇ ਬਹੁਤ ਵੇਸਟ ਇਸ ਐਸ ਵੇਲੇ ਪੰਜਾਬੀ 뮤직 ਚ ਚੱਲ ਰਹੀ ਆ ਕਿਉਂਕਿ ਤੁਸੀਂ ਦੇਖ ਰਹੇ ਹੋਵੋਗੇ ਕਿ ਮੈਨੂੰ ਲੱਗਦਾ ਕਿ ਐਵਰੀ ਡੇ ਕੋਈ 8-10 ਗਾਣੇ ਡਿਫਰੈਂਟ ਆਰਟਿਸ ਜਿਹੜੇ ਰਿਲੀਜ਼ ਕਰ ਰਹੇ ਆ ਜਿਨ੍ਹਾਂ ਦੀ ਕੋਈ 15 ਤੋਂ 20 ਲੱਖ ਦੀਆਂ ਵੀਡੀਓ ਆ ਅੱਗੇ ਕੀ ਹੁੰਦਾ ਸੀ ਪੂਰੀ ਪੂਰੀ ਐਲਬਮ ਹੁੰਦੀ ਸੀ ਰਿਕਾਰਡ ਹੁਣ ਇੱਕ ਸਿੰਗਲ ਟਰੈਕ ਆ ਉਹ ਵੀ ਵੀਡੀਓ ਦੇ ਨਾਲ ਉਹ ਜਿਹੜੀਆਂ ਵੀਡੀਓ ਬਣੀਆਂ ਉਹ ਜੇ ਗਾਣਾ ਗਾਣੇ ਦੀ ਜਿਹੜੀ ਮਨਿਆਦ ਹੁਣ ਰਹਿ ਗਈ ਉਹ 4 ਦਿਨ ਤਾਂ 5 ਦਿਨ ਹੀ ਰਹਿ ਗਈ ਕੀ ਉਹ ਵਰਤਿਆ ਤੁਹਾਨੂੰ 15 20 ਲੱਖ ਲਾਉਣ ਦਾ ਇੱਕ ਵੀਡੀਓ ਤੇ ਉੱਤੇ ਕਿੱਡੀ ਵੇਸਟੇਜ ਜਾ ਰਹੀ ਆ ਔਰ ਜਦ ਚਲੋ ਮਿਊਜ਼ਿਕ ਡਾਇਰੈਕਟਰ ਵੀ ਕਹੀ ਜਾਂਦਾ ਵੀ ਤੈਨੂੰ ਭਾਜੀ ਬੜਾ ਚੰਗਾ ਆਉਂਦਾ ਤੈਨੂੰ ਗਾਉਣਾ ਤੂੰ ਗਾ ਲਾ ਵੀਡੀਓ ਵਾਲਾ ਕਹਿੰਦਾ ਵੇ ਵੀਡੀਓ ਬਹੁਤ ਉਹਨਾਂ ਨੇ ਆਪਣੇ ਪੈਸੇ ਲੈ ਲੈ ਨਿਕਲ ਗਏ ਪਰ ਤੁਸੀਂ ਇਹ ਕੁਝ ਦੇਖੋ ਕਿ ਇਹ ਵਰਤ ਹੈ ਇਸ ਚੀਜ਼ ਨੂੰ ਬਹੁਤ ਸੋਚਣ ਵਾਲੀ ਗੱਲਾਂ ਨੇ ਤਾਂ ਨਿਆਣਿਆਂ ਨੂੰ ਜਿਹੜਾ ਆ ਨਿਆਣੇ ਜਿਹੜੇ ਆਪਣੇ ਪੇਰੈਂਟਸ ਦਾ ਵੀ ਕਹਿੰਦੇ ਉਹ ਨਹੀਂ ਵੀ ਗਾਲ ਗੂਠਾ ਦੇ ਕੇ ਪੈਸੇ ਲੈਂਦੇ ਆ ਵੀ ਨਹੀਂ ਫਲਾਣੇ ਨੇ ਇਦਾਂ ਕਰਤਾ ਤਾਂ ਮੈਨੂੰ ਮੇਰੀ ਵੀ ਕਰੋ ਤੇ ਪੇਰੈਂਟਸ ਵੀ ਕਹਿੰਦੇ ਚੱਲ ਯਾਰ ਮੇਰਾ ਨਿਆਣਾ ਤਾਂ ਮੈਂ ਕਰ ਦਿੰਦਾ ਪਰ ਉਹਨੂੰ ਇਹ ਸੋਚੋ 10 ਬੰਦਿਆਂ ਨੂੰ ਬੈਠ ਕੇ ਪਹਿਲੋ ਸੁਣਾਓ ਕਿ ਕੀ ਇਹ ਗਾਣਾ ਰਿਕਾਰਡ ਕਰਨ ਵਾਲਾ ਹੈ ਜਾਂ ਇਹਦੇ ਵਿੱਚ ਕੋਈ ਗੱਲਬਾਤ ਹੈ ਤੇ ਜੇ ਹੈ ਫੇਰ ਉਹਨੂੰ ਅੱਗੇ ਜਾਣ। ਔਰ ਦੂਸਰੀ ਇੱਕ ਗੱਲ ਹੋਰ ਦੇਖਣ ਚਾਹੀਏ ਆ ਕਿ ਜਿੱਦਾਂ ਜਿੱਦਾਂ ਗਾਇਕੀ ਚੇਂਜ ਹੋਈ ਆ। ਹਾਂਜੀ। ਜਿੱਦਾਂ ਜਿੱਦਾਂ ਸਮੇਂ ਦੇ ਬਦਲਾਅ ਦੇ ਨਾਲ ਨਾਲ ਚੇਂजेस ਆਈਆਂ ਨੇ। ਔਰ ਇਹ ਸੁਭਾਵਕ ਆ। ਹਾਂ। ਲੇਕਿਨ ਉਹਦੇ ਵਿੱਚ ਜਿਹੜੀ ਮਿਆਰੀ ਗਾਇਕੀ ਸੀ। ਹਾਂਜੀ। ਉਹ ਕਿਤੇ ਦੱਬੀ ਜਾ ਰਹੀ ਸੀ। ਹਾਂਜੀ। ਹਾਂ ਬਿਲਕੁਲ। ਇਹ 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 ਬਹੁਤ ਵੱਡਾ ਕਾਰਨ ਮੈਂ ਇਹੀ ਇਹੀ ਤਾਂ ਆਪਾਂ ਪਿਛਲੀ ਗੱਲ ਕੀਤੀ ਕਿ ਨਿਆਣੇ ਜਿਹੜੇ ਹੁਣ ਨਵੀਂ ਨਵਾਂ ਪਨੀਰੀ ਆ ਰਹੀ ਆ ਕਿਉਂਕਿ ਬਹੁਤ ਬਹੁਤ ਸਾਰੇ ਨਹੀਂ। ਜਣੀ ਬਹੁਤ ਸਾਰੇ ਵਿਚ ਚੰਗੇ ਵੀ ਨੇ ਹਾਂ ਉਹ ਉਹ ਮਤਲਬ ਉਹ ਵਾਇਡਿੰਗ ਵੱਲ ਧਿਆਨ ਨਹੀਂ ਦਿੰਦੇ ਉਹਨੂੰ ਮੈਂ ਉਹੀ ਕਹ ਰਿਹਾ ਨਹੀਂ ਕਰਕੇ ਉਹਨਾਂ ਨੂੰ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਮੈਂ ਇਹ ਗਾਣਾ ਜਿਹੜਾ ਆ ਕਿੱਥੇ ਗਾਉਂਗਾ ਔਰ ਕਿੱਥੇ ਕਿੱਥੇ ਅਸਰ ਪੈਣਾ ਇਹਦਾ ਹਾਂ ਇਹਨੂੰ ਮੈਂ ਪਰਫਾਰਮ ਕਿੱਦਾਂ ਕਰੂੰਗਾ ਔਰ ਅਸਰ ਵੀ ਕਿੱਥੇ ਪੈਣਾ ਹਾਂ ਪਰਫਾਰਮ ਕਈ ਵਾਰੀ ਤੁਸੀਂ ਦੇਖਿਆ ਹੋਊਗਾ ਗਾਣਾ ਬੜਾ ਚੰਗਾ ਹੁੰਦਾ ਪਰ ਮਿਊਜ਼ਿਕਲੀ ਬਹੁਤ ਹੀ ਸਲੋ ਜਾ ਹੁੰਦਾ ਉਹਤੇ ਨਾਂ ਦਾ ਨੱਚਿਆ ਜਾ ਸਕਦਾ ਨਾ ਉਹਨੂੰ ਸੁਣਿਆ ਜਾ ਸਕਦਾ ਨਾ ਉਹ ਕਈ ਗਾਣੇ ਜਿੱਦ ਮੈਂ ਮੈਂ ਹੱਸਦਾ ਹਾਂ ਨਾ ਵੀ ਕਈ ਗਾਣੇ ਰੇਡੀਓ ਤੇ ਚੰਗੇ ਲੱਗਦੇ ਉਹ ਰੇਡੀਓ ਤੇ ਲੱਗ ਗਿਆ ਬਸ ਠੀਕ ਹੈ ਜੀ ਵਾਵਾ ਹੋਈ ਠੀਕ ਹੋ ਗਿਆ ਪਰ ਉਹ ਚੋਂ ਮੋੜਨਾ ਕੱਖ ਨਹੀਂ ਉਹ ਚ ਤੁਹਾਨੂੰ ਇਕਨੋਮਿਕਲੀ ਉਹਦੇ ਵਿੱਚੋਂ ਕੋਈ ਪ੍ਰਾਪਰਟੀ ਜਾਂ ਕੁਝ ਬਣਨਾ ਨਹੀਂ ਹੈ ਉਹਦੇ ਕਰਕੇ ਤੁਸੀਂ ਸ਼ੋਅ ਨਹੀਂ ਲਾ ਸਕਦੇ ਸੋ ਜਿਹੜੀ ਜਿਹੜੀ ਤੁਸੀਂ ਗਾਇਕੀ ਬਣਾਉਨੇ ਉਹ ਪੂਰਾ ਕਮਰਸ਼ੀਅਲ ਬਣਾ ਕੇ ਦੇਖੋ ਔਰ ਦੂਸਰਾ ਮਿਆਰੀ ਗਾਇਕੀ ਦਾ ਮੇਰਾ ਇਹ ਵੀ ਭਾਅ ਆ ਵੀ ਜਿਹੜੇ ਪਰਿਵਾਰ ਦੇ ਵਿੱਚ ਬਹਿ ਕੇ ਸੁਣਨ ਵਾਲੇ ਗਾਣੇ ਆ ਯੰਗਸਟਰ ਨੂੰ ਚੰਗੇ ਪਾਸੇ ਲਾਉਣ ਵਾਲੇ ਗਾਣੇ ਆ ਗੀਤ ਹੈਗੇ ਆ ਉਹ ਜਿਹੜੇ ਹਥਿਆਰਾਂ ਦੇ ਜਿਹੜੇ ਇਹ ਵੀ ਕਾਫੀ ਕਲਚਰ ਵਿੱਚ ਆ ਗਿਆ ਹਾਂ ਉਹ ਇਸ ਕਰਕੇ ਵੀ ਕਿਉਂਕਿ ਉਹੀ ਗੱਲ ਨਾ ਚੇਂਜ ਆ ਗਿਆ ਕਿਉਂਕਿ ਪਹਿਲੋਂ 8 ਜਾਂ 10 ਗੀਤ ਹੁੰਦੇ ਸੀ ਆ ਸੀ ਡੀ ਸੀ ਕੈਸਟ ਸੀ ਉਹਦੇ ਵਿੱਚ ਸਾਡੇ ਕੋਲ ਚੋਇਸ ਸੀ ਕਿ ਯਾਰ ਦੋ ਗੀਤ ਭੰਗੜੇ ਦੇ ਪਾ ਲਓ ਦੋ ਗੀਤ ਜਿਹੜੇ ਉਹ ਫੈਮਲੀ ਦੇ ਪਰਿਵਾਰਿਕ ਵੇ ਹੋਣੇ ਚਾਹੀਦੇ ਦੋ ਥੋੜੇ ਰੋਮਾਂਟਿਕ ਜਿਹੇ ਵੀ ਚਾਹੀਦੇ ਹਨ ਦੋ ਕੋਈ ਇੱਕ ਥੋੜਾ ਜਿਹਾ ਦੇਸ਼ ਪੰਜਾਬ ਜਾਂ ਕੋਈ ਦੇਸ਼ ਪਿਆਰ ਦੀ ਕੋਈ ਗੱਲਬਾਤ ਵੀ ਪੰਜਾਬ ਮੇਰਾ ਰਹੇ ਵਸਦਾ ਬੱਲੇ ਹੋਏ ਪੰਜਾਬੀਓ ਕੁਝ ਇਦਾਂ ਦੀ ਗੱਲ ਵੀ ਬਾਤ ਵੀ ਕਰੀਏ ਵਧੀਆ ਤਰੀਕੇ ਨਾਲ ਪਰ ਹੁਣ ਪ੍ਰੋਬਲਮ ਇਹ ਹੈ ਕਿ ਗਾਣਾ ਹੀ ਇੱਕ ਹੈ ਸੋ ਇੱਕ ਗੀਤ ਨੂੰ ਤੁਸੀਂ ਕੀ ਕਰੋਗੇ ਉਹਨੂੰ ਭੰਗੜੇ ਵਾਲਾ ਬਣਾਓਗੇ ਜਾਂ ਸੁਣਨ ਵਾਲਾ ਬਣਾਓਗੇ ਜਾਂ ਪਰਿਵਾਰਿਕ ਬਣਾਓਗੇ ਤੇ ਹਰ ਬੰਦੇ ਨੂੰ ਇਹ ਹੀ ਲੱਗਦਾ ਕਿ ਮੈਂ ਡਾਂਸ ਗਾਣ ਵਾਲੀ ਗਲਾਈ ਗੀਤ ਬਣਾਵਾਂ ਵੀ ਤਾਂ ਕਿ ਉਹ ਸ਼ਾਇਦ ਚੱਲ ਜਵੇ ਜੇ ਦੂਜੇ ਮੈਂ ਗੀਤ ਗਾਏ ਸ਼ਾਇਦ ਨਾ ਚੱਲਣਗੇ ਸੋ ਉਹਦੇ ਕਰਕੇ ਵੀ ਇੱਕ ਇਹ ਡਿਫਰੈਂਟ ਕਲਚਰ ਆਉਣ ਨਾਲ ਫਸ ਗਿਆ ਹਾ ਟੈਸਟ ਔਰ ਦੂਸਰੀ ਇੱਕ ਇਹ ਬਈਆ ਜੀ ਵੀ ਜਿੱਦਾਂ ਉਹਨਾਂ ਪੰਜਾਬੀ ਇੰਡਸਟਰੀ ਜਿੱਦਾਂ ਗਰੋ ਕਰ ਰਹੀ ਹੈ ਜਿਸ ਲੈਵਲ ਤੇ ਉਹਨੇ ਵਰਲਡਵਾਈਡ ਆਪਣੀ ਇੱਕ ਛਾਪ ਛੱਡੀ ਆ ਹਾਂ ਜੀ ਉਹਨੂੰ ਦੇਖਦੇ ਹੋਏ ਇਹਦੇ ਮਾੜੇ ਪ੍ਰਣਾਮ ਵੀ ਦੇਖਣ ਨੂੰ ਮਿਲ ਰਹੇ ਨੇ ਹਾਂ ਜੀ ਹਾਂ ਹਾਂ ਦੇ ਰਿਮੈਟ ਤੁਸੀਂ ਮੇਰੀ ਗੱਲ ਸਮਝਦੇ ਹੋ ਜਿੱਥੇ ਮੈਂ ਕਹਿ ਰਿਹਾ ਹਾਂ ਮਾਲੇ ਪ੍ਰਣਾਮ ਵੀ ਦੇਖਣ ਨੂੰ ਮਿਲ ਰਹੇ ਨੇ ਲੋਕਾਂ ਦੀਆਂ ਨਜ਼ਰਾਂ 'ਚ ਆ ਗਏ ਗਾਇਕ ਹਾਂ ਬਿਲਕੁਲ ਅੱਗੇ ਆਰਟਿਸਟ ਥੋੜੇ ਹੁੰਦੇ ਸੀ ਤੇ ਲੋਕ ਜਿਹੜੇ ਉਹ ਮਤਲਬ 2-2 3-3 ਮਹੀਨੇ ਆਰਟਿਸਟ ਦੀ ਰਿਕਾਰਡਿੰਗ ਦੀ ਵੇਟ ਕਰਦੇ ਹੁੰਦੇ ਸੀ ਰਿਕਾਰਡਿੰਗ ਦੀ ਵੇਟ ਕਰ ਦਿੰਦੇ ਵੀ ਪਲਾਨ ਨੇ ਆਰਟਿਸਟ ਦਾ ਗਾਣਾ ਹੋਊਗਾ ਉਹ ਗਾਣੇ ਵੀ ਤਕੜੇ ਆਉਣਗੇ ਫਿਰ ਆਪਾਂ ਐਲਪੀ ਤੇ ਜਾਂ ਸੀਡੀ ਤੇ ਸੁਣਾਗੇ ਉਹਨੂੰ ਪ੍ਰੋਪਰਲੀ ਹੁਣ ਰੋਜ਼ ਹੀ ਗਾਣਾ ਨਿਕਲਿਆ ਜਾਂਦਾ ਰੋਜ਼ ਮਤਲਬ 10-15 ਗਾਣੇ ਰੋਜ਼ ਰਿਲੀਜ਼ ਹੁੰਦੇ ਆ ਉਹਨਾਂ ਦੀ ਵੀਡੀਓ ਵੀ ਰਿਲੀਜ਼ ਹੁੰਦੀਆਂ ਸਭ ਕੁਝ ਹੁੰਦਾ ਲੇਕਿਨ ਉਹ ਚੱਲਦੇ ਕਿੰਨੇ ਆ ਉਹ ਇੱਕ ਬਹੁਤ ਸੋਚਣ ਵਾਲੀ ਗੱਲ ਆ ਜਿਹੜੇ ਨਹੀਂ ਆ ਜਿਹੜੇ ਨਹੀਂ ਚੱਲਦੇ ਉਹ ਸਾਰੇ ਉਦੋਂ ਵੇਸਟ ਹੈਗਾ ਪਹਿਲੇ ਜਿਹੜੇ ਗਾਣੇ ਸੀ ਉਹ ਕੁਝ ਸਮਝਾਉਣ ਵਾਲੇ ਵੀ ਸੀ ਹੁਣ ਥੋੜਿਆ ਜਿਹੜੀ ਆਪਣੀ ਹੁਣ ਦੀ ਜਿਹੜੀ ਨਵੀਂ ਜਨਰੇਸ਼ਨ ਦੀ ਗਾਇਕੀ ਆ ਉਹਦੇ ਵਿੱਚ ਹੁਣ ਹਰ ਵਾਰੀ ਜਦੋਂ ਤੁਸੀਂ ਪ੍ਰੈਸ ਕਾਨਫਰੈਂਸ ਕਰਦੇ ਆ ਜਾਂ ਕੁਝ ਕਰਦੇ ਹੋ ਸਾਨੂੰ ਵੀ ਕਹਿੰਦੇ ਭਾਜੀ ਤੁਸੀਂ ਕੀ ਸੋਚਦੇ ਆ ਵੀ ਨਵੇਂ ਗਾਣੇ ਜਿਹੜੇ ਆ ਉਹਦੇ ਵਿੱਚ ਗਨ ਕਲਚਰ ਆ ਗਿਆ ਉਹਦੇ ਵਿੱਚ ਨਸ਼ਿਆਂ ਦੀ ਗੱਲ ਆ ਗਈ ਉਦੀ ਵਿੱਚ ਇਹ ਹੋਰ ਮਤਲਬ ਲੜਾਈ ਝਗੜੇ ਵਾਲੀਆਂ ਗੱਲਾਂ ਆ ਗਈਆਂ ਤੇ ਇਹਨੂੰ ਕੀ ਮਤਲਬ ਇਹਨੂੰ ਤੁਸੀਂ ਇਹ ਜੰਗਸਟਰਾਂ ਨੂੰ ਸੋਚਣਾ ਚਾਹੀਦਾ ਜਾਂ ਉਹਨਾਂ ਦੇ ਪੇਰੈਂਟਸ ਨੂੰ ਕਿ ਜਦੋਂ ਗਾਣਾ ਸੁਣਦੇ ਆ ਉਹਨੂੰ ਦੱਸਿਆ ਜਾਵੇ ਜਾਂ ਉਹ ਕਿਸੇ 뮤직 ਡਾਇਰੈਕਟਰ ਤੋਂ ਚੰਗੀ ਤਰੀਕੇ ਨਾਲ ਜਿਹੜੇ ਪਹਿਲਾਂ ਅਸੀਂ ਜਦੋਂ ਗਾਣੇ ਰਿਕਾਰਡ ਕਰਦੇ ਸੀ 뮤직 ਡਾਇਰੈਕਟਰ ਸਿਲੈਕਟ ਕਰਦਾ ਸੀ ਕਿ ਭਾਜੀ ਆਹ ਗਾਣਾ ਬਈ ਅਪਰ ਰਿਕਾਰਡ ਕਰਦੇ ਨਹੀਂ ਤਾਂ ਇਹਨੂੰ ਰਹਿਣ ਦੇ ਨੇ ਯਾਰ ਇਹ ਨਹੀਂ ਤੇਰੇ ਸਟਾਈਲ ਦਾ ਨਹੀਂ ਆ ਨਾ ਹੁਣ ਹਰ ਕੋਈ ਬੰਦਾ ਉਹ ਵੀ ਪ੍ਰੋਫੈਸ਼ਨਲ ਹੋ ਗਿਆ ਨਾ ਅਗਲੇ ਨੂੰ ਪਤਾ ਮੇਰੇ ਕੋ ਗੀਤ ਆ ਰਿਹਾ ਮੈਨੂੰ ਪੈਸੇ ਮਿਲਨੇ ਮੈਂ 뮤직 ਦੇ ਕੇ ਕੰਮ ਖਤਮ ਕਰਾਂ ਮੈਂ ਮੈਂ ਸਿੱਧੇ ਲਫ਼ਜ਼ਾਂ ਚ ਇਹ ਕਹਿੰਦਾ ਕਿ ਜਿਹੜਾ 뮤직 ਡਾਇਰੈਕਟਰ ਆ ਉਹਨੂੰ ਕੋਈ ਕੋਈ ਹੈ ਨਹੀਂਗਾ ਉਹਨੂੰ ਕੋਈ ਮਤਲਬ ਨਹੀਂ ਉਹਨੂੰ ਹੈਗਾ ਕਿ ਯਾਰ ਬਾਜੀ ਤੁਸੀਂ ਤਾਂ ਗਾਉਂਦੇ ਹੀ ਬਹੁਤ ਵਧੀਆ ਮੁੰਡਿਆ ਕਿਆ ਬਾਤ ਆ ਚੱਕ ਦੇ ਇੱਕ ਲਾਇਆ ਸੈਂਪਲ ਆਇਆ ਉਹਨੇ ਰਿਕਾਰਡ ਕੀਤਾ ਵੀਡੀਓ ਵਾਲੇ ਕੋਲ ਗਿਆ ਉਹ ਕਹਿੰਦਾ ਹਾਂ ਇਸ ਕੋ ਹਮ ਡਿਫਰੈਂਟ ਆਈਡੀਆ ਲਏਗੇ ਇਸ ਕੋ ਤਾਂ ਹਮ ਮੰਨ ਲਓ ਦੁਬਈ ਜਾ ਕੇ ਸ਼ੂਟ ਕਰਾਂਗੇ ਬਸ ਉਹ ਚਾਰ ਪੰਜ ਦਿਨ ਉਹਨਾਂ ਨੇ ਆਪਣੀ ਉੱਥੇ ਖਾਦਾ ਪੀਤਾ ਬੋਟਾ ਬਾਟਾਂ ਲਈਆਂ ਇਧਰ ਉਧਰ ਕਮਾਈਆਂ ਬਾਕੀ ਮੈਂ ਇੱਕ ਗੱਲ ਉਹ ਗਲਤ ਹੋ ਗਿਆ ਬਾਕੀ ਗੱਲ ਕਰਨ ਲੱਗਾ ਜੀ ਇਹ ਬਹੁਤ ਮੰਦਭਾਗੀ ਘਟਨਾ ਵਾਪਰੀ ਆ ਜਿਹੜੀ ਸਿੱਧੂ ਮੂਸੇਵਾਲਾ ਵਾਲਾ ਵਾ ਸਾਰੀ ਦੁਨੀਆ ਦੇ ਵਿੱਚ ਗਿਆ ਵਾ ਇਹ ਕਿਸ ਤਰ੍ਹਾਂ ਵੇਖਦੇ ਆਪੀਐਨ ਨੂੰ ਬਹੁਤ ਮੈਂ ਤਾਂ ਸਮਝਦਾ ਨਹੀਂ ਮੇਰੇ ਵੱਲੋਂ ਬਹੁਤ ਅਫਸੋਸ ਉਸ ਪਰਿਵਾਰ ਨਾਲ ਕਿਉਂਕਿ ਕਿਸੇ ਦਾ ਜਵਾਨ ਪੁੱਤ ਚਲੇ ਗਿਆ ਹਾਂ ਜੀ ਹਾਂ ਉੱਪਰ ਦਾ ਉਹਨੇ ਕਿੱਥੇ ਕਿਸ ਲੈਵਲ ਤੇ ਗਿਆ ਉਹ ਇੱਕੋਸ਼ ਇੱਕ ਆਰਟਿਸਟ ਐਸੇ ਹੁੰਦੇ ਜਿਹੜੇ ਪਤਾ ਨਹੀਂ ਆਪਣੇ ਦਿਮਾਗ 'ਚ ਪਤਾ ਨਹੀਂ ਆਪਣੇ ਮਾਈਂਡ ਵਿੱਚ ਕਿੰਨੀਆਂ ਕਿੰਨੇ ਆਈਡੀਆ ਕਿੰਨੀਆਂ ਚੀਜ਼ਾਂ ਲੈ ਕੇ ਚਲੇ ਗਏ ਖਣਿ ਉਹਨੇ ਹੋਰ ਕੀ ਕੀ ਕਰਨਾ ਸੀ ਖਣਿ ਉਹਨੇ ਹੋਰ ਕਿੰਨੇ ਕਿੰਨੀ ਵਧੀਆ ਗਾਣੇ ਦੇਣੇ ਸੀਗੇ ਸੋ ਇੱਕ ਹੀ ਸਾਡੀ ਪੰਜਾਬੀ ਦੀ ਇੱਕ ਬਹੁਤ ਵੱਡੀ ਮੰਦਪਾਗੀ ਘਟਨਾ ਹੋਈ ਹੈ ਜਿਹਨੂੰ ਕਦੇ ਵੀ ਨਹੀਂ ਇਹਦਾ ਘਾਟਾ ਪੂਰਾ ਕੀਤਾ ਜਾ ਸਕਦਾ ਸੋ ਆਉਣ ਵਾਲੇ ਸਮੇਂ 'ਚ ਮੈਂ ਇਹ ਕਹੂੰਗਾ ਆਰਟਿਸਟਾਂ ਨੂੰ ਕਿ ਆਪਾਂ ਨੂੰ ਹੋਰ ਸੁਧਾਰ ਕੇ ਗਾਉਣਾ ਚਾਹੀਦਾ ਤਾਂ ਕਿ ਕੋਈ ਇਦਾਂ ਦੀ ਘਟਨਾ ਹੋਰ ਨਾ ਹੋਵੇ ਕੋਈ ਇਦਾਂ ਦਾ ਕੋਈ ਸਾਡੀ ਗਾਇਕੀ ਤੇ ਰੱਬ ਨਾ ਕਰੇ ਇਦਾਂ ਦੀ ਕੋਈ ਕਿਸੇ ਨੂੰ ਕਿਸੇ ਨੂੰ ਕੋਈ ਪ੍ਰੋਬਲਮ ਆ ਕਿ ਐਸ ਵੇਲੇ ਸਾਡੀ ਗਾਇਕੀ ਜਿਹੜੀ ਪੰਜਾਬੀ ਦੀ 뮤직 ਇੰਡਸਟਰੀ ਆ ਉਹ ਉਹ ਵਰਲਡ ਵਾਈਡ ਆਪਣੀ ਇੱਕ ਛਾਪ ਵੱਖਰੀ ਛੱਡ ਰਹੀ ਹੈ ਬਿਲਕੁਲ ਜੀ ਅਸੀਂ ਪੂਰੇ ਸ਼ਾਇਪ ਹੈ ਦੁਨੀਆ ਦੇ ਉੱਤੇ ਬਿਲਕੁਲ ਇਹ ਚ ਕੋ ਮੈਂ ਕਹਣਾ ਪੰਜਾਬੀ 뮤직 ਦਾ ਹੁਣ ਤੁਸੀਂ ਦੇਖੋ ਬੈਂਡਡ ਲਾਈਕ ਬੇਕਮ ਆਪਣੀ ਇੰਗਲਿਸ਼ ਫਿਲਮ ਦੇ ਵਿੱਚ ਗੋਰੇ ਆਪਣੇ ਗਾਣਿਆਂ ਨੂੰ ਲਾਈਕ ਕਰਦੇ ਗੋਰੇ ਨੱਚ ਰਹੇ ਹਾਂ ਜੀ ਰਾਤੀ ਸ਼ੋ ਹੋਇਆ ਗੋਲੇ ਕਰ ਰਿਆ ਸੀ ਉਹ ਤੁਹਾਨੂੰ ਕਿੰਨੇ ਸਾਲ ਹੋ ਗਏ ਜੀ ਵੈਸੇ ਕਿੰਨੇ ਅਜ ਤੱਕ ਗੀਤ ਕਿੰਨੇ ਗਾਤੇ ਮੈਂ ਤੁਹਾਨੂੰ ਯਾਦ ਹੈਗੇ ਮੈਨੂੰ ਚੇਤੇ ਨੇ ਜੀ ਬਸ ਗਾਈ ਜਾ ਰਹੇ ਤੇ ਕਾਲੀ ਐਨਕ ਦੇਖੋ ਕਿੰਨਾ ਹਿੱਟ ਹੋਇਆ ਕਾਲੀ ਐਨਕ ਦੇਖੋ ਮੈਂ ਚਲੋ ਆਪਾਂ ਹੁਣ ਫਿਰ ਸੁਣਾ ਦੇ ਉਹ ਦੋ ਲਫ਼ਜ਼ ਉਹ ਕਾਲੀ ਐਨਕ ਨਾ ਲਾਇਆ ਕਰਨੀ ਤੂੰ ਪਹਿਲਾਂ ਹੀ ਸੋਹਣੀਆ ਕਾਲੀ ਐਨਕ ਨਾ ਲਾਇਆ ਕਰ ਤੂੰ ਪਹਿਲਾਂ ਹੀ ਸੋਹਣੀਆ ਤੇ ਤੇਰੀ ਅੱਖਾਂ ਹੈਨ ਕੀ ਦੱਸਾਂ ਤੇਰੀਆਂ ਇੰਨੀਆਂ ਸੋਹਣੀਆਂ ਅੱਖਾਂ ਅੱਖਾਂ ਵੇਖਣਾ ਚਾਹੁੰਦੇ ਅੱਖਾਂ ਕਿਉਂ ਲਕੋ ਨੀਆਂ ਨਿਕਾਲੀ ਐਨਕ ਨਾ ਲਾਇਆ ਕਰਨੀ ਤੂੰ ਪਹਿਲੇ ਸੋਹਣੀਆਂ ਕੋਈ ਸਮਾਜਾਜਤ ਨਹੀਂ ਦਿੰਦਾ ਵੈਸੇ ਗੱਲਬਾਤ ਕਰਨ ਨੂੰ ਤਾਂ ਹੋਰ ਬਹੁਤ ਚਿਤ ਕਰ ਰਿਹਾ ਸੀ ਸਮਾਜਾਜਤ ਨਹੀਂ ਦੇ ਰਿਹਾ ਮਲਕੀਤ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਟਾਈਮ ਦਿੱਤਾ ਔਰ ਆਪਾਂ ਨੂੰ ਆਪਾਂ ਜਿਹੜੇ ਪਿਛਲੇ ਕਈ ਦਿਖਾ ਕੇ ਆਏ ਤੋਂ ਜਿਹੜੀ ਚੇਂजेस ਆ ਰਹੀਆਂ ਉਹਦੇ ਬਾਰੇ ਵੀ ਚਰਚਾ ਕਰ ਲਈ ਅੱਜ ਮਨ ਫਿਰ ਦੁਆਰ ਤੋਂ ਇੱਕ ਵਾਰ ਤਾਜ਼ਾ ਹੋਇਆ ਹਾਂ ਜੀ ਉਮੀਦ ਇਹ ਵੀ ਹੈ ਵੀ ਸਾਡੇ ਦਰਸ਼ਕਾਂ ਨੂੰ ਵੀ ਇਹ ਜਿਹੜੀ ਸਾਡੀ ਗੱਲਬਾਤ ਪਸੰਦ ਆਈ ਹੋਵੇਗੀ ਔਰ ਦਰਸ਼ਕਾਂ ਨੂੰ ਇਹ ਵੀ ਬੇਨਤੀ ਹੈ ਕਿ ਤੁਸੀਂ ਆਪਣੇ ਸੁਝਾਅ ਸਾਨੂੰ ਜਰੂਰ ਲਿਖ ਭੇਜਿਆ ਕਰੋ ਸਾਡਾ ਪਤਾ ਹੈ feedback@ptcnetwork.com ਕਿਉਂਕਿ ਤੁਹਾਡੇ ਸੁਝਾਵਾਂ ਦੇ ਨਾਲ ਸਾਨੂੰ ਹੋਰ ਆਪਣੇ ਆਪ ਚ ਸੁਧਾਰ ਕਰਨ ਦਾ ਮੌਕਾ ਮਿਲਦਾ ਹੈ ਮਲਕੀਤ ਜੀ ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ ਹਾਂ ਸਸਿਕਾ ਜੀ ਬਹੁਤ ਮਿਹਰਬਾਨੀ ਜੀ ਅਗਲੇ ਹਫਤੇ ਨਵੇਂ ਵਿਸ਼ੇ ਦੇ ਨਾਲ ਤੁਹਾਡੇ ਸਾਹਮਣੇ ਫੇਰ ਹਾਜ਼ਰ ਹੋਵਾਂਗੇ ਤਦ ਤੱਕ ਸਾਨੂੰ ਦੋ ਇਜਾਜ਼ਤ ਸਸਿਕਾ ਸਸਿਕਾ